ਸੰਗਰੂਰ ਮਾਰਕੀਟ ਕਮੇਟੀ ਦੇ ਮੌਜੂਦਾ ਚੇਅਰਮੈਨ ਅਤੇ ਅਕਾਲੀ ਦਲ ਦੇ ਨੇਤਾ ਦਾ ਭਤੀਜਾ ਅਤੇ ਉਸਦਾ ਇੱਕ ਸਾਥੀ ਸੰਗਰੂਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਜਦਕਿ ਉਸਦੇ ਦੋ ਹੋਰ ਸਾਥੀ ਫਰਾਰ ਦੱਸੇ ਜਾ ਰਹੇ ਨੇ। ਚਾਰਾਂ ਵਿਅਕਤੀਆਂ ਦੇ ਉੱਤੇ ਇੱਕ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਦਰਜ ਨਸ਼ੇ ਤਸਕਰੀ ਦੇ ਮਾਮਲੇ ਦੇ ਵਿੱਚ ਬਾਹਰ ਕੱਢਣ ਦੇ ਨਾਮ ਤੇ 1 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲੱਗੇ ਨੇ। ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਦੋ ਦੋਸ਼ੀਆਂ ਤੋਂ ਠੱਗੀ ਕੀਤੇ ਗਏ 80,000 ਰੁਪਏ ਵੀ ਬਰਾਮਦ ਕਰ ਲਏ ਨੇ। ਇਹ ਇਕੱਠੇ ਬੈਠੇ ਸੀਗਾ ਜੀ, ਉਹਦਾ ਮੈਂ ਦਾਨ ਤਾਂ ਉਹਨੂੰ ਥੋੜ੍ਹੇ ਟਾਈਮ ਤੋਂ ਹੀ ਲੱਗਿਆ ਜੀ। ਕਿਵੇਂ ਜਾਣਦੇ? ਰਘੂ ਰੁਕ ਉਹ ਤਾਂ ਬਸ ਉਵੇਂ ਹਿੱਲ ਹੋਈ ਸੀ ਜੀ। ਅੱਛਾ, ਕਹਿੰਦਾ ਮੈਂ ਕਢਾ ਦੂੰਗਾ, ਬੰਦਾ ਕਢਾ ਦੂੰਗਾ ਜੀ ਤੁਹਾਡਾ। ਤੇਰੇ ਚਾਚਾ? ਕਹਿੰਦਾ ਬੰਦੇ ਨੂੰ ਕਢਾ ਦੂੰਗਾ, ਪੈਸੇ ਲਿਆਓ ਜੀ। ਕੌਣ ਕਹਿੰਦਾ? ਸੰਗਰੂਰ ਦਾ ਬੰਦਾ ਜੀ। ਕੌਣ ਹੈ ਸੰਗਰੂਰ ਦਾ ਬੰਦਾ? ਨੌਣ ਜੀ, ਮੈਨੂੰ ਪਤਾ, ਇਹਨੂੰ ਪਤਾ ਜੀ। ਕੰਮ ਵੀ ਪੈਸੇ ਅਸੀਂ ਨੇ ਦਿੱਤੇ ਨੇ ਜੀ, ਉਹ ਸਾਨੂੰ ਅਸੀਂ ਨੇ ਉਹ ਤੋਂ ਵਾਪਸ ਦੇਤੇ ਤੇ ਸਾਨੂੰ ਉਸ ਬੰਦੇ ਨੇ ਜੀ ਅੱਧੇ। ਕਹਿੰਦਾ ਤੁਸੀਂ ਅੱਧੇ ਦੇ ਦਿਓ, ਅੱਧੇ ਬਾਅਦ 'ਚੋਂ ਦੇਵਾਂਗੇ। ਅਸੀਂ ਨੇ ਅੱਧੇ ਪੈਸੇ ਰੱਖੇ ਤੇ ਜੀ ਘਰੇ, 20,000 ਇਹਦੇ ਲਵੇ ਸੀ, 20 ਮੇਰੇ ਲਵੇ ਸੀਗਾ ਜੀ, 25-20। ਅਤੇ ਅਸੀਂ ਨੇ ਉਹ ਪੈਸੇ ਜੀ ਇਹ ਗੱਲ ਕਰ ਲਈ ਸੀ ਵੀ ਵਾਪਸ ਕਰਨੇ ਨੇ, ਇਹ ਕਹਿੰਦਾ ਕੱਲ੍ਹ ਨੂੰ ਬੰਦੇ ਆਉਣਗੇ ਜੀ। ਬਾਅਦ ਦੇ ਵਿੱਚ ਉਹ ਫਿਰ ਸਾਨੂੰ ਚੱਕ ਲਿਆ ਗਿਆ ਜੀ, ਫਿਰ ਅਸੀਂ ਨੇ ਪੈਸੇ ਦਿੱਤੇ ਜੀ ਇਹਨਾਂ ਨੂੰ, ਜਿਹੜੇ ਵੀ ਆ ਪੈਸੇ ਮੋੜ 'ਤੇ ਸਾਨੂੰ ਉਹ ਬੰਦੇ ਨੇ ਜੀ। ਬਸ ਉਸ ਤੋਂ ਬਾਅਦ ਜੀ ਪਰਚਾ ਹੋ ਗਿਆ ਜੀ ਸਾਡੇ 'ਤੇ। ਤੁਹਾਡੇ ਤੋਂ ਰਿਕਵਰੀ 80,000 ਦੀ ਹੋਈ? ਨਹੀਂ ਜੀ, 75,000 ਦੀ ਜੀ ਰਿਕਵਰੀ ਤਾਂ ਹੋਈ ਹੈ ਨਹੀਂ ਸਾਡੇ ਤੋਂ ਜੀ, ਸਾਡਾ 45,000 ਦੀ ਹੋਈ ਹੈ ਜੀ। ਉਹ ਤਾਂ ਉਹਨਾਂ ਨੂੰ ਪਤਾ ਹੋਊ ਜੀ, ਸਾਡੇ ਕੋਲ ਜਿੰਨੇ ਪੈਸੇ ਦਿੱਤੇ ਨੇ ਅਸੀਂ ਸੱਚ ਬੋਲਾਂਗੇ ਜੀ। ਇਹ ਜੀ 8/4/17 ਨੂੰ ਸਾਡੀ ਭਵਾਨੀਗੜ੍ਹ ਦੀ ਪੁਲਿਸ ਨੇ ਸਬ ਇੰਸਪੈਕਟਰ ACS ਸਾਧਾ ਸਿੰਘ, ਉਹਨੇ ਸੰਦੀਪ ਸਿੰਘ ਪੁੱਤਰ ਨੈਬ ਸਿੰਘ ਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ 15 ਕਿਲੋ ਭੁੱਕੀ ਬਰਾਮਦ ਕੀਤੀ ਸੀ। ਜਦੋਂ ਭੁੱਕੀ ਬਰਾਮਦ ਹੋਈ ਤਾਂ ਇਹਦੇ ਸੰਦੀਪ ਦੇ ਰਿਸ਼ਤੇਦਾਰ ਜਾਂ ਸਾਲਾ ਦਾ ਜਿਹੜਾ ਸੁਖਵਿੰਦਰ ਸਿੰਘ ਭੰਮਾ ਬੱਦੀ ਵਾਲਾ, ਉਹਨੇ ਆਪਣੇ ਜਿਹੜਾ ਪਿੰਡ ਦਾ ਬੰਦਾ ਨਿਰਮਲ ਸਿੰਘ ਜਿਹਨੂੰ ਸਰਪੰਚ ਕਹਿੰਦੇ ਨੇ, ਉਹਨਾਂ ਨਾਲ ਤਾਲਮੇਲ ਕੀਤਾ ਵੀ ਸਾਡਾ ਬੰਦਾ ਫੜਿਆ ਗਿਆ, ਸਾਡੀ ਮਦਦ ਕਰੋ। ਨਿਰਮਲ ਸਿੰਘ ਨੇ ਕਿਹਾ ਵੀ ਮੈਂ ਗੱਲ ਕਰਦਾ, ਸਾਡੇ ਅੱਗੇ 3 ਜਿਹੜੇ ਬੰਦੇ ਸਾਥੀ ਹੈਗੇ ਨੇ, ਵੀ ਅਸੀਂ ਤੁਹਾਡੀ ਗੱਲਬਾਤ ਕਰ ਲਈਏ, 1 ਲੱਖ ਰੁਪਏ ਲੱਗੇਗਾ, ਤੁਸੀਂ ਸਾਨੂੰ 1 ਲੱਖ ਰੁਪਏ ਦਿਓ, ਤੁਹਾਡੇ ਬੰਦੇ 'ਤੇ ਮੁਕਦਮਾ ਦਰਜ ਨਹੀਂ ਹੋਊਗਾ। ਉਹਨਾਂ ਨੇ ਕੁਛ ਇਕੱਠੇ ਪੈਸੇ ਕਰਕੇ, ਕੁਛ ਪਤਾ ਇਹ ਵੀ ਲੱਗਾ ਸਾਨੂੰ ਕਿ ਆਪਣਾ ਟਰੈਕਟਰ ਕਿਹੜਾ ਰੱਖ ਕੇ 1 ਲੱਖ ਰੁਪਈਆ ਜਿਹੜਾ ਇਹ ਨਿਰਮਲ ਸਿੰਘ ਸਰਪੰਚ ਹੈ ਅਤੇ ਇਹਦੇ ਬਾਕੀ ਸਾਥੀਆਂ ਨੂੰ ਦੇ ਦਿੱਤਾ ਸੀਗਾ। ਪਰ ਜਦੋਂ ਉਹਨੂੰ ਸਿਰੇ ਪਤਾ ਲੱਗਾ ਵੀ ਸਾਡੇ ਬੰਦੇ 'ਤੇ ਦਰਜ ਮੁਕੱਦਮਾ ਹੋ ਗਿਆ, ਤਾਂ ਉਹਨੇ ਇਹਨੂੰ ਅਪਰੋਚ ਕੀਤੀ ਵੀ ਤੁਸੀਂ ਤਾਂ ਸਾਡਾ ਵਾਅਦਾ ਕੀਤਾ ਸੀ ਇਹ ਦਰਜ ਮੁਕੱਦਮਾ ਨਹੀਂ ਹੋਊਗਾ, ਤਾਂ ਇਹਨਾਂ ਨੇ ਉਹਨੂੰ ਡਰਨ ਲਾਇਆ ਕਿ ਅਸੀਂ ਤੁਹਾਡਾ ਬੰਦੇ ਦਾ ਨਾ ਕਢਾ ਦਿਆਂਗੇ। ਪਰ ਜਦੋਂ 10 ਦਿਨ ਬੀਤਣ ਤੋਂ ਬਾਅਦ ਦੋਸ਼ੀ ਜਿਹੜਾ ਅਸੀਂ ਫੜਿਆ ਗਿਆ, ਜੇਲ੍ਹ ਚਲੇ ਗਿਆ, ਨਾ ਉਹਨਾਂ ਦਾ ਬੰਦਾ ਛੁੱਟਿਆ ਨਾ ਨਾਂ ਨਿਕਲਿਆ, ਤਾਂ ਉਹਨਾਂ ਦੇ ਸੰਬੰਧੀ ਲਿਖਤੀ ਐਫੀਡੇਵਿਟ ਮਾਨਯੋਗ SSP ਸਾਹਿਬ ਸਰਦਾਰ ਮਨਦੀਪ ਸਿੱਧੂ ਸਰੂਰ ਜੀ ਨੇ ਪੇਸ਼ ਦਿੱਤਾ, ਜਿਹਦੇ ਬਿਹਾਫ 'ਤੇ ਮੁਕੱਦਮਾ ਨੰਬਰ 57/19/4/17/420/120B ਅਤੇ PC Act ਦਾ ਦਰਜ ਕਰਕੇ ਇਹਦੀ ਤਫਤੀਸ਼ ਸੰਦੀਪ ਵਡੇਰਾ ਨੇ ਕੀਤੀ। ਅਤੇ ਇਹਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕਰ ਰਹੇ ਨੇ, ਕੁਝ ਹੈ ਨਿਰਮਲ ਸਿੰਘ ਅਤੇ ਚੰਨਵੀਰ ਸਿੰਘ ਚੰਨਾ। ਇਹਨਾਂ ਦੋਨਾਂ ਕੋਲੋਂ ਅਸੀਂ ਜਿਹੜੀ ਇਹਨਾਂ ਨੇ ਰਿਸ਼ਵਤ ਦੇ ਪੈਸੇ ਲਏ ਸੀ 1 ਲੱਖ ਰੁਪਏ, ਉਹਨਾਂ ਦੋਨਾਂ ਕੋਲੋਂ 40-40 ਹਜ਼ਾਰ ਰਿਕਵਰੀ ਕੀਤੀ ਹੈ। ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਸੀਂ ਅੱਜ ਕੋਰਟ ਪੇਸ਼ ਕਰ ਰਹੇ ਹਾਂ, ਇਹਨਾਂ ਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ, ਜਿਹੜੇ ਬਾਕੀ ਦੋਸ਼ੀ ਉਹਨੂੰ ਗ੍ਰਿਫਤਾਰ ਕਰਾਂਗੇ, ਜਾਂ ਇਹਨਾਂ ਨੇ ਹੋਰ ਕਿੱਦਾਂ ਦਾ ਕੰਮ ਕੀਤਾ ਉਹਦੇ ਬਾਰੇ ਪੜਤਾਲ ਕੀਤੀ ਜਾਵੇਗੀ। ਇਹ ਨਿਰਮਲ ਸਿੰਘ ਜਿਹੜਾ ਇਹਦੇ 'ਚ ਹੈ ਵੀ ਇਹ ਬਲਦੇਵ ਸਿੰਘ ਚੇਅਰਮੈਨ ਹੈ ਮਾਰਕੀਟ ਕਮੇਟੀ ਸੰਗਰੂਰ ਦਾ, ਉਹਦਾ ਭਤੀਜਾ। ਪਾਰਟੀ ਦਾ ਜਿਹੜੇ ਪੁਰਾਣਾ ਹੀ ਹੈ, ਪੁਰਾਣਾ ਚਲੇ ਆ ਰਿਹਾ, ਅਜੇ ਪੁਰਾਣੀ ਪਾਰਟੀ ਦਾ ਹੀ ਹੈ।
ਨਹੀਂ ਕਿੰਗ ਕੁਬਰਾ ਕੋਈ ਨਾਂ ਨਹੀਂ, ਇਹਨਾਂ ਇੱਕ ਬੰਦਾ ਹੈਗਾ ਇੰਦਰਜੀਤ ਸਿੰਘ, ਇੱਕ ਵਿਕਾਸ ਕੁਬਰਾ, ਵਿਕਾਸ ਕੁਬਰਾ ਕੁਬਰਾ ਉਹਦਾ ਨਾਂ, ਵੈਸੇ ਉਹਦੀ ਗੱਲ ਪਾਈ ਉਹਦੀ, ਉਹਦਾ ਨਾਂ ਕੁਬਰਾ, ਪਰ ਇਹ ਇਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ, ਕਿਉਂਕਿ ਅਸੀਂ ਜੇ ਬੰਦੇ ਨੂੰ ਗ੍ਰਿਫਤਾਰ ਨਹੀਂ ਕੀਤਾ, ਜੇ ਗ੍ਰਿਫਤਾਰ ਕਰਾਂਗੇ ਦੱਸਾਂਗੇ ਸਾਰਾ ਗੱਲ ਤੁਹਾਨੂੰ ਵੀ ਇਹ ਕੁਬਰਾ ਨਾਂ ਕਿਉਂ ਪਿਆ, ਇਹਨਾਂ ਦਾ ਬੈਕਗਰਾਉਂਡ ਪੁਰਾਣੀ ਕੀ ਹੈ, ਪਹਿਲਾਂ ਕੋਈ ਕੰਮ ਨਹੀਂ ਕੀਤਾ ਇਹਨਾਂ ਦਾ, ਸੋ ਇਸ ਗੱਲ ਦਾ ਸਾਰਾ ਦਰਾਨੇ ਤਫਤੀਸ਼। ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।